ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਵੀ ਉਸ ਜਜ਼ਬੇ ਨੂੰ ਪੂਰਾ ਕਰਨ 'ਚ ਆੜੇ ਨਹੀਂ ਆਉਂਦੀ। ਜੀ ਹਾਂ, ਸਕਰੀਨ 'ਤੇ ਦਿਖਾਈ ਦੇ ਰਹੇ ਇਸ ਬਜ਼ੁਰਗ ਨੂੰ ਤੁਸੀਂ ਦੇਖ ਰਹੇ ਹੋ, ਉਹਨਾਂ ਦੇ ਹੱਥ ਵਿੱਚ ਪੈਨ, ਬੋਲਣ ਦਾ ਤੇਜ਼ ਤਰਾਰ ਤਜ਼ੁਰਬਾ ਤੇ ਸਰੀਰ 'ਚ ਇੰਨੀ ਫੁਰਤੀ ਦੇਖ ਕੇ ਤੁਸੀਂ ਵੀ ਇਹਨਾਂ ਦੇ ਕਿਤੇ ਕੰਮ ਤੋਂ ਭੁਲੇਖਾ ਖਾ ਜਾਓਗੇ। ਤੁਹਾਨੂੰ ਦੱਸ ਦੇ ਕਿ ਸਕਰੀਨ 'ਤੇ ਦਿਖਾਈ ਦੇ ਰਹੇ ਇਸ ਬਜ਼ੁਰਗ ਦਾ ਨਾਮ ਸੋਹਨ ਸਿੰਘ ਗਿੱਲ ਹੈ ਤੇ ਇਹਨਾਂ ਦੀ ਉਮਰ 83 ਸਾਲ ਦੀ ਹੈ ਤੇ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਪਿੰਡ ਦੱਤਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਵੱਲੋਂ ਆਪਣੀ ਇਸ ਉਮਰ ਵਿੱਚ MA ਇੰਗਲਿਸ਼ ਦੀ ਡਿਗਰੀ ਹਾਸਲ ਕਰਕੇ ਸਾਰਿਆਂ ਨੂੰ ਅਚੰਭੇ ਵਿੱਚ ਪਾਇਆ ਹੋਇਆ। ਸੋਹਨ ਸਿੰਘ ਗਿੱਲ ਮੁਤਾਬਕ 61 ਸਾਲ ਪਹਿਲਾਂ ਦੀ ਅਧੂਰੀ ਖੁਆਇਸ਼ ਨੂੰ ਉਹਨਾਂ ਨੇ ਇਸ ਉਮਰ ਵਿੱਚ ਪੂਰਾ ਕੀਤਾ। ਆਓ ਸੁਣਦੇ ਹਾਂ ਇਸ ਕਹਾਣੀ ਨੂੰ ਸੋਹਨ ਸਿੰਘ ਗਿੱਲ ਦੇ ਮੂੰਹੋਂ। ਮੈਨੂੰ ਅਸਲ 'ਚ BA BTA ਇੱਥੇ ਕੰਪਲੀਟ ਕਰ ਲਈ ਸੀ ਖਾਲਸਾ ਕਾਲਜ ਅੰਮ੍ਰਿਤਸਰ ਤੇ 1958 'ਚ ਸੈਪਟੈਂਬਰ ਤੱਕ ਕੰਪਲੀਟ ਕਰ ਲਈ ਸੀ ਤੇ ਉਹ ਤੋਂ ਬਾਅਦ ਕੀਨੀਆ ਤੋਂ ਚਿੱਠੀ ਆ ਗਈ ਮੇਰੇ ਫਾਦਰ ਨਾਲ ਉਹਦੀ ਕਿ ਵੀਜ਼ਾ ਸਿਸਟਮ ਤੇ ਗੰਗਾ ਸਿੰਘ ਪ੍ਰਾਇਮਰੀ ਐਜੂਕੇਸ਼ਨ ਕਲਾਸ 1-3। ਉਸ ਤੋਂ ਬਾਅਦ ਫਿਰ ਕਿੱਦਾਂ ਛੱਡਣੀ ਕਿੱਦਾਂ ਪੈ ਗਈ ਰਾਹ 'ਚ? ਤੁਸੀਂ ਕਹਿੰਦੇ ਸੀ ਮੈਂ BA ਸਰ BA ਖਾਲਸਾ ਹਾਈ ਕਾਲਜ ਮਾਲਪੁਰ ਤੋਂ ਕਰਕੇ BT ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕਰ ਲਈ, ਕੰਪਲੀਟ ਹੋ ਗਈ BA BT ਕੰਪਲੀਟ ਹੋ ਗਈ ਪਰ MA ਰਹਿ ਗਈ ਸੀਗੀ ਤੇ ਮੇਰੇ ਫਾਦਰ ਨਾਲ ਉਹਦਾ ਚਿੱਠੀ ਆ ਗਈ ਕਿ ਵੀਜ਼ਾ ਸਿਸਟਮ 'ਤੇ ਅਸੀਂ ਕੀਨੀਆ ਜਾ ਰਹੇ ਹਾਂ, ਮੇਰੀ ਵਾਈਫ ਦੀ ਉੱਥੇ ਦੀ ਬਰਥ ਸੀ ਕਿ ਜਲਦੀ ਤੋਂ ਜਲਦੀ ਤੁਸੀਂ ਟਿਕਟ ਲੈ ਕੇ ਘਰੋਂ ਪੈਸੇ ਲੈ ਕੇ ਮੁੰਬਈ ਆ ਕੇ ਕੀਨੀਆ ਨੂੰ ਆਇਆ। ਸੋ BA BT ਵਿੱਦਿਆ ਜਿਹੜੀ ਉੱਥੇ ਬੰਦ ਹੋ। ਠੀਕ ਹੈ, ਉਸ ਤੋਂ ਬਾਅਦ ਫਿਰ ਆਪਣੀ ਜ਼ਿੰਦਗੀ ਲਾਈਫ ਕਿੱਦਾਂ? 33 ਸਾਲ ਸਰ ਕੀਨੀਆ 'ਚ ਪੜ੍ਹਾਇਆ, 6 ਸਾਲ ਪ੍ਰਾਇਮਰੀ ਸਕੂਲ, 2 ਸਾਲ ਹਾਈ ਸਕੂਲ ਦਾ ਹੈੱਡ ਮਾਸਟਰ ਰਿਹਾ ਅਤੇ 25 ਸਾਲ ਟੀਚਰ ਐਜੂਕੇਸ਼ਨ ਕੀਨੀਆ ਟੀਚਰਸ ਕਾਲਜਿਸ ਵਿੱਚ ਪੜ੍ਹਾਇਆ, ਇੰਗਲਿਸ਼ ਪੜ੍ਹਾਈ, ਮੈਥਸ ਪੜ੍ਹਾਇਆ, ਹਿਸਟਰੀ ਪੜ੍ਹਾਇਆ। ਫਿਰ ਉਸ ਤੋਂ ਬਾਅਦ 1991 2 ਅਕਤੂਬਰ ਨੂੰ ਰਿਟਾਇਰ, 33 ਸਾਲ ਦੀ ਸਰਵਿਸ ਤੋਂ 55 ਸਾਲ ਦੀ ਉਮਰ 'ਤੇ ਰਿਟਾਇਰ ਹੋ ਕੇ ਅਸੀਂ ਪਿੰਡ ਆ ਗਏ। 2 ਅਕਤੂਬਰ 1991 'ਚ ਪਿੰਡ ਆ ਗਏ, 3 ਅਕਤੂਬਰ ਤੋਂ ਗੁਰਦੁਆਰੇ ਦੀ ਸੇਵਾ ਕਰਦੇ। ਫਿਰ MA ਦੀ ਡਿਗਰੀ ਦਾ ਕਿੱਦਾਂ ਸਰ? ਉਹ ਮਨ 'ਚ ਰਹਿੰਦਾ ਸੀਗਾ, ਫਿਰ 10 ਕੁ ਸਾਲ ਸਬਜ਼ੀ ਲਾਈ, ਗੋਭੀ ਲਾਉਣ ਲੱਗ ਗਿਆ ਆਪਣੇ ਗਾਰਡਨ। ਫਿਰ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਬਣਿਆ 1991 'ਚ, ਪਹਿਲਾਂ ਫਾਈਨਾਂਸ ਬਣਿਆ, ਮੈਂ ਕਿਹਾ ਜੇ ਪ੍ਰਾਈਮ ਮਿਨਿਸਟਰ ਬਣ ਸਕਦਾ ਇਸ ਉਮਰ 'ਚ, ਮੇਰੇ ਨਾਲ ਉਹ 4 ਸਾਲ ਵੱਡੇ, ਅਤੇ ਮੈਂ ਉਨਾ ਚੱਲ ਗਿਆ ਟੀਚਿੰਗ ਕਰ ਮਾਊਂਟ ਕਾਰਮਲ, ਬੈਸਟ ਇੰਗਲਿਸ਼ ਮੀਡੀਅਮ ਐਜੂਕੇਸ਼ਨ ਮਾਊਂਟ ਕਾਰਮਲ ਦੇ ਰਿਹਾ। ਉੱਥੇ ਮੈਂ ਸਿਰਫ 6 ਮਹੀਨੇ ਪੜ੍ਹਾਇਆ ਪਰ ਬੱਸ ਹੋ ਗਏ, ਕੰਮ ਬਹੁਤ ਕਰਨਾ, ਬੱਚੇ ਬਹੁਤ ਲਾਇਕ ਸੀਗੇ। ਲੇਕਿਨ ਫਿਰ ਆ ਕੇ CBSE ਇੱਥੇ ਬਿੰਜੋ ਜੋਬ ਮਿਲ ਗਈਆਂ ਇੰਗਲਿਸ਼ ਮੀਡੀਅਮ, ਕਿਉਂਕਿ ਮੈਨੂੰ ਆਉਂਦਾ ਇੰਗਲਿਸ਼ ਮੀਡੀਅਮ ਹੈ। ਸੋ ਬਿੰਜੋ ਪਬਲਿਕ ਸਕੂਲ ਪੜ੍ਹਾਇਆ 10 ਸਾਲ, ਅਤੇ ਸੰਤ ਬਾਬਾ ਭਾਗ ਸਿੰਘ ਪਬਲਿਕ ਸਕੂਲ, ਹੁਣ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਹੈ, ਉਹਨਾਂ ਦੇ 6 ਸਾਲ ਪੜ੍ਹਾਇਆ। ਸੋ 15-16 ਸਾਲ ਇੰਗਲਿਸ਼ ਮੀਡੀਅਮ CBSE ਐਜੂਕੇਸ਼ਨ ਇੱਥੋਂ ਘਰੋਂ ਜਾ ਕੇ ਪੜ੍ਹਾਈ, ਅਤੇ ਹੁਣ 2 ਸਾਲ ਛੱਡ ਕੇ ਫਿਰ MA ਦੀ ਤਿਆਰੀ, ਕਿਉਂਕਿ ਉਹ ਪਹਿਲਾਂ ਉਹ ਸੁਪਨਾ 1958 ਵਾਲਾ ਮਨ ਵਿੱਚ ਸੀਗਾ ਕਿ ਸਾਰੀ ਉਮਰ 60 ਸਾਲ 'ਚੋਂ 50 ਸਾਲ ਐਕਚੁਅਲੀ ਐਕਟਿਵ ਕਲਾਸਰੂਮ ਟੀਚਿੰਗ ਕੀਤੀ। ਸੋ ਮੈਨੂੰ ਇੰਗਲਿਸ਼ ਅਤੇ ਫਿਰ ਮੈਂ ਕਿਹਾ ਹੁਣ MA ਕਰ ਲਓ, ਅਤੇ ਚਾਂਸ ਸਰ ਮਿਲ ਗਿਆ ਡਿਸਟੈਂਸ ਐਜੂਕੇਸ਼ਨ LPU ਲਵਲੀ ਜਿਹੜੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ, ਇਹ ਜਿਹੜੀ ਡਿਸਟੈਂਸ ਐਜੂਕੇਸ਼ਨ ਆ ਉਹ ਬੰਗਾ, ਉਹਨਾਂ ਦਾ ਆਫਿਸ ਖੁੱਲ੍ਹ ਗਿਆ ਅਤੇ ਉੱਥੋਂ ਚਾਂਸ ਮਿਲ ਗਿਆ। 2 ਸਾਲ ਘਰੋਂ ਜਾ ਕੇ ਕਿਤਾਬਾਂ ਚੱਕ ਲਈਆਂ, 10-12 ਹਜ਼ਾਰ ਫੀਸ ਲੱਗੀ MA ਨੂੰ। ਫਿਰ ਇੰਨਾ ਲੰਬਾ, ਕਿੰਨੇ ਲੰਬਾ ਗੈਪ ਤੋਂ ਬਾਅਦ ਤੁਸੀਂ MA ਪੂਰੀ ਕੀਤੀ? 60 ਸਾਲ ਤੋਂ ਬਾਅਦ। ਕੋਈ ਔਖੀ ਲੱਗੀ ਸਰ? ਬਿਲਕੁਲ ਨਹੀਂ ਔਖੀ ਲੱਗੀ। ਕਿਉਂ ਕਿਉਂ? ਕਿਉਂਕਿ ਮੈਨੂੰ ਨੌਲੇਜ ਇੰਗਲਿਸ਼ ਦੇ, ਨੌਲੇਜ ਮੈਂ ਇੰਗਲਿਸ਼ ਹੀ ਪੜ੍ਹਾਉਂਦੇ ਸੀ ਸਾਰੇ ਦਿਨ। ਐਕਚੁਅਲੀ ਕਈ ਸਟੋਰੀਆਂ, ਕਈ ਕੋਰਸਿਸ ਮੈਂ ਪੜ੍ਹਾਏ ਸੀ, ਹਿਸਟਰੀ ਬਾਹਰ ਪੜ੍ਹਾਈ ਸੀ, ਐਂਗਲੋ ਸੈਕਸਨ ਫਲਾਨਾ ਫਲਾਨਾ ਫਲਾਨਾ, ਅਤੇ ਮੇਰਾ ਬੇਟਾ ਇੰਟਰਨੈਟ ਤੋਂ ਮੈਨੂੰ ਮਟੀਰੀਅਲ ਭੇਜਦਾ ਸਰ, ਅਤੇ ਔਖੀ ਹੋਈ, ਮੈਂ ਤਾਂ ਦੂਸਰੇ ਨੂੰ ਪੜ੍ਹਾ ਸਕਦਾ ਸਰ। ਹੈਗੀ ਹਾਲੇ ਲਰਨਿੰਗ, ਜਿਹੜਾ ਗਿਆਨ ਹੈ ਵਿੱਦਿਆ ਸਰ, ਸਾਰੀ ਉਹਨੂੰ ਪ੍ਰਾਪਤ ਕਰੀ ਜਾਓ, ਔਰ ਅਸੀਂ ਸੋਸਾਇਟੀ ਦੀ ਬੈਟਰ ਸੇਵਾ ਕਰ ਸਕਦੇ ਹਾਂ, ਇਹਦੇ ਥਰੂ ਕੁਛ ਲਿਖ ਸਕਦੇ ਹਾਂ, ਬੱਚਿਆਂ ਦੀ ਕਿਤਾਬਾਂ ਲਿਖ ਸਕਦੇ ਹਾਂ, ਹੋਰ ਸੋਸਾਇਟੀ ਦੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹੁਣ? ਕੀ ਬੁੱਕਸ ਲਿਖਣ ਲੱਗ ਗਿਆ, ਗੁਰੂ ਨਾਨਕ ਦੇ 50 ਸਾਲ ਅਤੇ ਪਿਕਟੋਰੀਅਲ ਬੁੱਕ ਹੁਸ਼ਿਆਰਪੁਰ ਛਾਪੀ ਆ ਸੁਭਿਕਸ਼ਾ ਪ੍ਰਿੰਟਰ ਦੇ, ਅਤੇ ਉਹ ਤੋਂ ਬਾਅਦ ਕਹਾਣੀਆਂ, ਪੰਜਾਬੀ ਕਹਾਣੀਆਂ ਸ਼ੁਰੂ ਕਰ ਦਿੱਤੀਆਂ ਲਿਖਣੀਆਂ। ਹੁਣ ਮੇਰੀ 83 ਸਾਲ ਉਮਰ ਹੋ ਗਈ, ਅਤੇ ਜਿੰਨਾ ਕੁ ਤਜਰਬਾ ਸੀਗਾ ਇੱਥੇ ਨਾਲ, ਲਿਟਰੇਚਰ ਜਿਹੜਾ ਬੱਚਿਆਂ ਲਈ ਲਿਟਰੇਰੀ ਬੁੱਕ ਖਾਸ ਕਰ ਇੰਗਲਿਸ਼ ਦੀਆਂ, ਉਹ ਸੋਹਣੀਆਂ ਨਹੀਂ ਹੈਗੀਆਂ। ਅੱਗੇ A4 Apple, C4 Cat ਵਾਲੀ ਜਿਹੜੀਆਂ ਜੀ ਨਵੀਆਂ ਮਾਡਲ, ਅੱਜ ਕੱਲ੍ਹ ਬੱਚਾ ਸਾਰਾ ਦਿਨ ਮੋਬਾਈਲ ਫੜ ਕੇ ਬੈਠਦਾ, ਇੰਟਰਨੈਟ ਫੜ ਕੇ ਬੈਠਦਾ। ਸੋ ਕੋਸ਼ਿਸ਼ ਕਰੂੰਗਾ, ਲਿਟਰੇਚਰ ਲਿਖਣਾ ਸਿਖਾਉਣਾ ਨਹੀਂ ਹੈ, ਇੱਕ ਪੰਜਾਬੀ ਦੀ ਬੁੱਕ ਲਿਖ ਰਿਹਾ, 10 ਸਟੋਰੀ ਲਿਖ ਰਹੀ ਹਾਂ, ਅਤੇ ਉਹਦੇ 'ਚ ਮੇਰੀ ਪਹਿਲੀ ਕਹਾਣੀ ਹੈ ਪੋਲੇ ਨਾਨੇ ਵਾਲੀ ਗਾਂ। ਸਾਡੇ ਨਾਨੇ ਨੇ ਸਾਨੂੰ ਗਾਂ ਦਿੱਤੀ ਸੀ 1946 'ਚ, ਪੋਲੇ ਨਾਨੇ ਵਾਲੀ ਗਾਂ, ਬਹੁਤ ਅੱਛੀ ਗਾਂ ਸੀਗੀ। ਸੋ 10 ਸਟੋਰੀਆਂ ਲਿਖਣੀਆਂ, ਪਹਿਲਾਂ ਪੰਜਾਬੀ ਸ਼ੁਰੂ ਕੀਤੀ ਹੈ, ਇਹ ਬੁੱਕ ਜਿਹੜੇ ਕੰਪਲੀਟ ਹੋ ਗਈ 20 ਸਟੋਰੀਆਂ, ਅਤੇ ਫਿਰ ਇੰਗਲਿਸ਼ ਬੱਚਿਆਂ ਲਈ ਅੰਗਰੇਜ਼ੀ ਦੀਆਂ ਬੁੱਕਾਂ ਜਿਹਦੇ 'ਚ ਇੰਗਲਿਸ਼ ਸਰ, ਇੰਗਲਿਸ਼ ਮੀਡੀਅਮ
इंग्लिश मीडियम तो हो गया, इंग्लिश ईडियम चाहिए। इट्स रेनिंग अगे होंगे सी ना, इट इज रेनिंग कैट्स एंड डॉग्स, बहुत भारी भी पैगा, इट्स रेनिंग कैट्स एंड डॉग्स इज बर्निंग लाइक दिस, जोड़ा इंग्लिश ईडियम मीडियम सारे पढ़ा रहे हैं, लेकिन जिन्हें सू ईडियम मुहावरा अंग्रेजी नहीं आता, तेरा ढिड दुखता। साढ़े मालक साढ़े रांझा साहब कहें वाई आई वाई डू यू सिर पर बरांडा चुक लें, वाइस प्रिंसिपल अंग्रेजी सू बोलनी आती, पंजाबी बड़ी स्ट्रोंग इंग्लिश बोलते हैं, तो रांझा साहब कहते वाई डू यू सिर पर बरांडा चुक लें, वह सारा अंग्रेजी है कि वाई आर यू मेकिंग हैल ऑफ नॉइस, बरांडा नहीं बरांडा चुकना कोई अंग्रेजी थोड़ो आ, वाई सो इंग्लिश ईडियम आना चाहिए, जो मैं अंग्रेजा नाल ही पढ़ाया तो अफ्रीकन बच्चों को पढ़ाया। वो कितने लैप्स है सर? जॉब अपॉर्चुनिटीज़ नहीं साड़ी, जिन्हिया नौकरियां निकलने जो सरकार भी कहते घर घर नौकरी मिली नहीं, और जो सा एजुकेशन सिस्टम है ये इट्स नॉट गुड इनफ, वो जिन्ना चाहिए है वो है नहीं, तो ये इंग्लिश मीडियम बहुत ज़्यादा जरूरी है, पंजाबी बहुत, हिंदी बहुत, मेरे स्कूल से असं तीन लैंग्एज पढ़ाने, विजय पब्लिक स्कूल सन बाबा पाक तीन लैंग्एज दसवीं तक, पंजाबी हिंदी इंग्लिश, और इंग्लिश मैं पढ़ाई है, और 100% जे क्लास में अंग्रेजी बोली नहीं जाती जे, और जिन्हें मेरे बच्चे है जी उन्हें भी सारा हाईलाइट करके इधर उधर तुर पाए, छे बैंड सत्त बैंड अठ बैंड साड़ी ग्रैंड डॉटर दे अठ बैंड आए, स्पोक जो साढ़े अठ बैंड आए, क्वालिटी ऑफ एजुकेशन सानू इंप्रूव करिए, साड़िया सरकार आन ते साड़े बच्चों का, और इतने असं इतने उन्होंने नौकरियां मिलन, जॉब अपॉर्चुनिटीज़ मिले, साडे देश का दिमाग बाहर जा रहा, साडे देश का पैसा बाहर जा रहा, अपने स्कूलों कॉलेजों में अच्छी विद्या दे। ਤੁਹਾਨੂੰ ਦੱਸ ਦੇ ਕਿ ਸਿੱਖਿਆ ਹਾਸਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਤੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਇਸ 83 ਸਾਲ ਦੇ ਬਜ਼ੁਰਗ ਨੇ, ਜੋ ਕਿ ਉਹਨਾਂ ਬੱਚਿਆਂ ਲਈ ਸਬਕ ਨੇ ਜੋ ਕਿ ਆਪਣੀ ਘੱਟ ਜਾਂ ਵੱਧ ਉਮਰ ਵਿੱਚ ਬਹਾਨਾ ਲਗਾ ਕੇ ਸਿੱਖਿਆ ਤੋਂ ਕਿਨਾਰਾ ਕਰ ਬੈਠਦੇ ਨੇ, ਅਤੇ ਇਹਨਾਂ ਲਈ ਹੀ ਸੋਹਨ ਸਿੰਘ ਗਿੱਲ ਇੱਕ ਮਿਸਾਲ ਬਣ ਕੇ ਸਾਹਮਣੇ ਆਏ ਨੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।